ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੀ ਇਸ YouTube ਚੈਨਲ ਜਿਸ ਦਾ ਨਾਮ ਹੈ ਜੀ ਸਟੱਡੀ ਇਨਸਾਈਟਰ ਸਭ ਤੋਂ ਪਹਿਲਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂ ਜੀ ਡਿਫਰੈਂਸ਼ੀਅਲ ਇਕੁਏਸ਼ਨ ਆਫ ਫਸਟ ਆਰਡਰ ਐਂਡ ਡਿਗਰੀ ਮਤਲਬ ਕੀ ਹੋਏਗਾ ਇਸ ਦਾ ਸੋਲੂਸ਼ਨ ਆਪਾਂ ਨੇ ਫਾਈਂਡ ਕਰਨਾ ਹੋਏਗਾ ਡਿਫਰੈਂਸ਼ੀਅਲ ਇਕੁਏਸ਼ਨ ਦਾ ਕਿਸ ਤਰ੍ਹਾਂ ਆਪਾਂ ਫਾਈਂਡ ਕਰ ਸਕਦੇ ਹਾਂ ਬਹੁਤ ਸਾਰੇ ਕੁਐਸਚਨ ਇਸ ਤੇ ਵਿੱਚੋਂ ਪੁੱਛੇ ਜਾਂਦੇ ਨੇ ਮਾਸਟਰਕੀਡਰ एग्जाम ਦੇ ਲਈ ਜੋ ਜਿੰਨੇ ਵੀ ਕੈਂਡੀਡੇਟ ਇਸ ਪੇਪਰ ਦੀ एग्जाम ਦੀ ਪ੍ਰੈਪਰੇਸ਼ਨ ਕਰ ਰਹੇ ਨੇ ਉਹ ਵੀਡੀਓ ਨੂੰ ਜ਼ਰੂਰ ਦੇਖਿਆ ਜੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਬਹੁਤ ਵੀਡੀਓ ਇੰਟਰਸਟਿੰਗ ਹੋਣ ਵਾਲੀ ਹੈ ਕਾਫੀ ਸਾਰੇ ਬਹੁਤ ਵਧੀਆ ਪੁਆਇੰਟ ਨੇ ਜੋ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਾਫੀ ਸਾਰੇ ਜੋ ਤੁਹਾਡੇ ਨੰਬਰ ਆਫ ਕੁਐਸਚਨ ਜੋ ਇਸ ਵੀਡੀਓ ਦੇ ਹੈਲਪ ਨਾਲ ਬਹੁਤ ਸਾਰੇ ਕੁਐਸਚਨ ਸੋਲਵ ਹੋਣਗੇ ਐਂਡ ਆਪਾਂ ਤੁਹਾਨੂੰ ਕੁਐਸਚਨ ਵੀ ਨਾਲ-ਨਾਲ ਪ੍ਰੋਵਾਈਡ ਕਰਵਾਉਂਦੇ ਰਹਿਾਂਗੇ ਠੀਕ ਹੈ ਜੀ ਐਂਡ ਬਹੁਤ ਸਾਰੇ ਕੁਐਸਚਨ ਐਮਸੀਕਿਊਜ਼ ਦੇ ਵਿੱਚ ਜੋ ਆਪਣੇ ਪ੍ਰੀਵੀਅਸ ਇਅਰ ਪੇਪਰ ਦੇ ਅਕੋਰਡਿੰਗ ਆਪਾਂ ਦੇਖਿਆ ਸੀ ਬਹੁਤ ਸਾਰੇ ਕੁਐਸਚਨ ਇਸ ਤਰ੍ਹਾਂ ਦੇ ਇਸ ਦੇ ਵਿੱਚ ਪੁੱਛੇ ਜਾਂਦੇ ਆ ਜਿਨ੍ਹਾਂ ਦੇ ਸੋਲੂਸ਼ਨ ਇਕੁਏਸ਼ਨ ਦੇ ਡਿਫਰੈਂਸ਼ੀਅਲ ਇਕੁਏਸ਼ਨ ਦੇ ਫਾਈਂਡ ਕਰਨੀ ਹੁੰਦੀ ਹੈ ਤਾਂ ਅੱਜ ਦੀ ਆਪਣੀ ਵੀਡੀਓ ਬਹੁਤ ਇੰਪੋਰਟੈਂਟ ਹੈ ਜੀ ਇਸ ਨੂੰ ਤੁਸੀਂ ਨੇ ਪੱਕੇ ਦੇ ਨਾਲ ਵੀ ਸ਼ੇਅਰ ਕਰਨਾ ਹੈ ਅਤੇ ਲਾਈਕ ਤੇ ਕਮੈਂਟ ਵੀ ਜਰੂਰ ਕਰਨਾ ਹੈ ਸਭ ਤੋਂ ਪਹਿਲਾਂ ਜਦੋਂ ਆਪਣੀ ਜਿਸ ਤਰ੍ਹਾਂ ਕੀ ਪ੍ਰੀਵੀਅਸ ਵੀਡੀਓ ਦੇ ਵਿੱਚ ਫਾਰਮੇਸ਼ਨ ਤਾਂ ਇਸ ਦੀ ਦੇਖ ਹੀ ਲਈ ਸੀ ਗੱਲ ਕਰਨੀ ਹੈ ਸੋਲੂਸ਼ਨ ਦੀ ਜੋ ਇੰਪੋਰਟੈਂਟ ਹੈ ਫਾਰਮੇਸ਼ਨ ਤਾਂ ਆਪਾਂ ਕਰ ਹੀ ਲੈਨੇ ਆ ਕਿਉਂਕਿ ਉਸ ਦੇ ਵਿੱਚ ਜਸਟ ਉਸ ਦਾ ਕੀ ਕਰਨਾ ਹੁੰਦਾ ਡੈਰੀਵੇਟਿਵ ਸੌਰੀ ਇਸ ਦੇ ਵਿੱਚ ਕੀ ਹੋਏਗਾ ਇਸ ਦੀ ਕਰਨੀ ਹੋਏਗੀ ਇੰਟੀਗ੍ਰੇਸ਼ਨ ਕਿਉਂਕਿ ਦੇਖੋ ਡੈਰੀਵੇਟਿਵ ਤਾਂ ਡਾਇਰੈਕਟ ਆਪਾਂ ਹਰ ਇੱਕ ਜਿੰਨੇ ਵੀ ਆਪਾਂ ਦੇ ਕੋਲੇ ਇਕੁਏਸ਼ਨ ਹੁੰਦੀ ਹੈ ਜਾਂ ਲੀਨੀਅਰ ਇਕੁਏਸ਼ਨ ਹੁੰਦੀ ਹੈ ਜਾਂ ਕੁਆਡਰੈਟਿਕ ਇਕੁਏਸ਼ਨ ਹੁੰਦੀ ਹੈ ਆਪਾਂ ਕਰ ਹੀ ਲੈਨੇ ਆ ਬਟ ਕਿਸੇ ਵੀ ਜੋ ਇਕੁਏਸ਼ਨ ਦਾ ਇੰਟੀਗ੍ਰੇਸ਼ਨ ਕਰਨਾ ਥੋੜਾ ਡਿਫਿਕਲਟ ਹੋ ਜਾਂਦਾ ਜਦੋਂ ਆਪਾਂ ਨੂੰ ਉਸ ਦੀਆਂ ਟਾਈਪ ਨਾ ਪਤਾ ਹੋਣ ਜਾਂ ਉਸਦੇ ਫਾਰਮ ਲਈ ਨਾ ਪਤਾ ਹੋਣ ਇੰਟੀਗ੍ਰੇਸ਼ਨ ਦੇ ਤਾਂ ਆਪਾਂ ਇਸੇ ਵੀਡੀਓ ਦੇ ਵਿੱਚ ਦੇਖਾਂਗੇ ਸਾਰੇ ਪੁਆਇੰਟ ਕਿਸ ਤਰ੍ਹਾਂ ਆਪਾਂ ਜੋ ਕਿਸੇ ਵੀ ਡਿਫਰੈਂਸ਼ੀਅਲ ਇਕੇਸ਼ਨ ਦਾ ਸੋਲੂਸ਼ਨ ਫਾਈਂਡ ਕਰ ਸਕਦੇ ਆ ਨੰਬਰ ਆਫ ਫੇਜ਼ ਨੇ ਸਾਰੇ ਆਪਾਂ ਅਗਰ ਆਪਾਂ ਡਾਇਰੈਕਟ 3 ਵੇਜ ਨੂੰ ਮੇਨ ਨੇ ਉਹਨਾਂ ਦੀ ਗੱਲ ਕਰੀ ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਇੱਕ ਡਿਫਰੈਂਸ਼ੀਅਲ ਇਕੇਸ਼ਨ ਦਿੱਤੀ ਹੋਗੀ ਤਾਂ ਤੁਸੀਂ ਕੀ ਕਰੋਗੇ ਉਸਦੇ ਵੇਰੀਏਬਲ ਹੋਣਗੇ ਜੋ ਵੇਰੀਏਬਲ ਨੂੰ ਸੈਪਰੇਟ ਕਰੋਗੇ ਇਸ ਨੂੰ ਵੇਰੀਏਬਲ ਸੈਪਰੇਸ਼ਨ ਵੀ ਬੋਲ ਦਿੰਦੇ ਆ ਠੀਕ ਹੈ ਜੀ ਵੇਰੀਏਬਲ ਸੈਪਰੇਸ਼ਨ ਵੀ ਬੋਲ ਦਿੰਦੇ ਆ ਇੱਕ ਤਾਂ ਇਹ ਪੁਆਇੰਟ ਹੋ ਜਾਏਗਾ ਇਸ ਦੀ ਹੈਲਪ ਨਾਲ ਆਪਾਂ ਨੇ ਦੇਖਣਾ ਨੰਬਰ 2 ਹੋ ਜਾਂਦਾ ਕਿਸੇ ਵੀ ਡਿਫਰੈਂਸ਼ੀਅਲ ਇਕੇਸ਼ਨ ਨੂੰ ਆਪਾਂ ਹੋਮੋਜੀਨियस ਬਣਾ ਲੈਣਾ ਹੋਮੋ ਹੋਮੋਜੀਨियस ਇਕੁਏਸ਼ਨ ਦੀ ਹੈਲਪ ਨਾਲ ਵੀ ਆਪਾਂ ਉਸ ਦਾ ਸੋਲੂਸ਼ਨ ਫਾਈਂਡ ਕਰ ਸਕਦੇ ਹਾਂ ਨੰਬਰ 3 ਕਿਹੜਾ ਆ ਜਾਂਦਾ ਜੀ ਜਦੋਂ ਤੁਸੀਂ ਕਿਸੇ ਵੀ ਡਿਫਰੈਂਸ਼ੀਅਲ ਇਕੁਏਸ਼ਨ ਦਾ ਜਦੋਂ ਤੁਸੀਂ ਇਹ ਸੋਲੂਸ਼ਨ ਨੂੰ ਫਾਈਂਡ ਕਰਨਾ ਹੈ ਤਾਂ ਤੁਸੀਂ ਕੀ ਕਰੋਗੇ ਉਸ ਦੇ ਵਿੱਚ ਇੱਕ ਲੀਨੀਅਰ ਇਕੁਏਸ਼ਨ ਠੀਕ ਹੈ ਜੀ ਉਸ ਦੇ ਵਿੱਚ ਕੀ ਹੋਏਗਾ ਲੀਨੀਅਰ ਇਕੁਏਸ਼ਨ ਜੋ ਕਿ ਇੱਕ ਫਾਰਮ ਹੁੰਦੀ ਹੈ ਉਹ ਕਿਹੜੀ ਫਾਰਮ ਹੁੰਦੀ ਹੈ ਜੇ ਆਪਾਂ ਉਸ ਨੂੰ ਲਿਖਣ ਦੀ ਕੋਸ਼ਿਸ਼ ਕਰੀਏ dy dx py is equal to q ਇਹ ਇਕੁਏਸ਼ਨ ਹੁੰਦੀ ਹੈ ਜਿਸ ਨੂੰ ਆਪਾਂ ਲੀਨੀਅਰ ਇਕੁਏਸ਼ਨ ਬੋਲ ਦਿੰਦੇ ਆ ਇਸ ਇਕੁਏਸ਼ਨ ਦੀ ਹੈਲਪ ਲੈ ਕੇ ਵੀ ਆਪਾਂ ਉਸ ਦਾ ਸੋਲੂਸ਼ਨ ਫਾਈਂਡ ਕਰਾਂਗੇ ਜੋ ਜੋ ਕਿ ਜਿਸ ਦੇ ਵਿੱਚ ਪਾਰਟਿਕੂਲਰ ਇੰਟੀਗਰਲ ਵੀ ਹੋਏਗਾ ਇੰਟੀਗ੍ਰੇਟਿੰਗ ਫੈਕਟਰ ਵੀ ਹੋਏਗਾ ਸਾਰੇ ਕੁਐਸਚਨ ਇਸ ਟੌਪਿਕ ਦੇ ਵਿੱਚ ਕਵਰ ਹੋ ਜਾਂਦੇ ਨੇ ਇਹ ਤਿੰਨ ਟੌਪਿਕ ਨੇ ਜੀ ਅੱਜ ਦੇ ਆਪਾਂ ਨੇ ਜਿਹਨਾਂ ਨੂੰ ਆਪਾਂ ਨੇ ਡਿਸਕਸ ਕਰਨਾ ਹੈ ਕਿਸ ਤਰ੍ਹਾਂ ਆਪਾਂ ਇੱਕ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲੂਸ਼ਨ ਹੈ ਜੋ ਫਾਈਂਡ ਕਰ ਸਕਦੇ ਹਾਂ ਬਹੁਤ ਇੰਪੋਰਟੈਂਟ ਹੈ ਜੀ ਜਿਸ ਦੇ ਵਿੱਚ ਆਪਾਂ ਕੀ ਕਰਨਾ ਹੁੰਦਾ ਬਹੁਤ ਸਾਰੇ ਕੁਐਸਚਨ ਆਉਂਦੇ ਇਸ ਦੇ ਵਿੱਚ ਆਪਾਂ ਦੇਖਾਂਗੇ ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਠੀਕ ਹੈ ਜੀ ਅੱਜ ਦੀ ਆਪਣੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਜੀ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਕਿਦਾਂ ਦੀ ਲੱਗੀ ਠੀਕ ਹੈ ਜੀ ਸਭ ਤੋਂ ਆਪਣਾ ਫਰਸਟ ਕੁਐਸਚਨ ਤੁਸੀਂ ਦੇਖ ਸਕਦੇ ਹੋ ਜੀ ਸੋਲਵ ਦ ਡਿਫਰੈਂਸ਼ੀਅਲ ਇਕੁਏਸ਼ਨ x 1 y² dx y 1 x² dy 0 ਇਸ ਕੁਐਸਚਨ ਨੂੰ ਤੁਸੀਂ ਨੇ ਸੋਲਵ ਕਰਨਾ ਹੈ ਇਸ ਤੇ ਆਪਾਂ ਲਗਾਉਣਾ ਹੈ ਜੀ ਸਭ ਤੋਂ ਫਰਸਟ ਮੈਥਡ ਕਿਉਂ ਲਗਾਉਣਾ ਹੈ ਦੇਖੋ ਇਸ ਨੂੰ ਸੋਲਵ ਕਰਨ ਦੇ ਲਈ ਆਪਾਂ ਨੂੰ ਇਸ ਦਾ ਜਸਟ ਤੁਸੀਂ ਨੇ ਇਹ ਦੇਖਣਾ ਕਿ ਜੋ ਤੁਹਾਡੇ ਕੋਲ ਡਿਫਰੈਂਸ਼ੀਅਲ ਇਕੁਏਸ਼ਨ ਦਿੱਤੀ ਹੈ गिवन ਹੈ ਜੇ ਤੁਸੀਂ ਉਸ ਤੇ ਵੈਰੀਏਬਲ ਸੈਪਰੇਟ ਕਰ ਦਿਓ ਮੀਨਸ ਦੇਖੋ x ਵਾਲੇ ਇੱਕ ਸਾਈਡ ਤੇ ਹੋ ਜਾਣਗੇ ਐਂਡ y ਵਾਲੇ ਇੱਕ ਸਾਈਡ ਤੇ ਹੋ ਜਾਣਗੇ ਤੁਸੀਂ ਨੇ ਇਹ ਦੇਖਣਾ ਕਿ ਤੁਸੀਂ ਉਸ ਦਾ ਡੈਰੀ ਸੋਰੀ ਤੁਸੀਂ ਉਸ ਦੀ ਇੰਟੀਗ੍ਰੇਸ਼ਨ ਕਰ ਸਕਦੇ ਹੋ ਅਗਰ ਕਰ ਸਕਦੇ ਹੋ ਦੈਨ ਬਹੁਤ ਜ਼ਿਆਦਾ ਵਧੀਆ ਕਿਉਂਕਿ ਵੈਰੀਏਬਲ ਸੈਪਰੇਸ਼ਨ ਬਹੁਤ ਜ਼ਿਆਦਾ ਸਿੰਪਲ ਐਂਡ ਛੋਟਾ ਜਿਹਾ ਟ੍ਰਿਕ ਹੈ ਜੋ ਲਗਾਉਣ ਤੇ ਆਪਾਂ ਇਸ ਦਾ ਸੋਲੂਸ਼ਨ ਫਾਈਂਡ ਕਰ ਸਕਦੇ ਹਾਂ ਦੇਖੋ ਕਿਸ ਤਰ੍ਹਾਂ डीएक्स वाले एक साइड हो जाएंगे डी वाई वाले एक साइड पर हो जाएगी किस तरह अपने इसमें करना है जी देखो एक्स ए दूसरी साइड देखो कि की हो जाएगा जी माइनस का हो जाएगा एक्स इंटू वन प्लस वाई स्केयर ठीक है जी इंटू डी एक्स इज इक्वल टू माइनस वाई इन वन प्लस एक्स स्केयर डी वाई चीज़ हो जाएगी उसो डीएक्स अ इधर ही रहेगा एक्स इधर ही ए दूसरी साइड चला जाएगा एंड ए वाला इस साइड आ जाएगा की आ जाएगा ठीक है जी की आ जाएगा इस x upon 1 plus x square dx is equal to minus y upon 1 plus y square d y ਠੀਕ ਹੈ ਜੀ ਇਹ ਚੀਜ਼ ਆ ਜਾਏਗੀ ਉਸ ਤੋਂ ਬਾਅਦ ਹੁਣ ਦੇਖੋ ਤੁਸੀਂ ਨੇ ਕੀ ਕਰਨਾ ਹੈ ਇੱਥੇ ਇੱਕ ਹੁਣ ਟ੍ਰਿਕ ਲੱਗੇਗੀ ਇੰਟੀਗ੍ਰੇਸ਼ਨ ਦੀ ਕੀ ਲੱਗੇਗੀ ਆਪਾਂ ਨੇ ਦੇਖੋ ਇਸ ਦੀ ਦੋਨੋਂ ਸਾਈਡ ਕੀ ਕਰਨੀ ਹੈ ਜੀ ਇੰਟੀਗ੍ਰੇਸ਼ਨ ਕਰਨੀ ਹੈ ਠੀਕ ਹੈ ਕਿਵੇਂ ਕਰਾਂਗੇ ਦੇਖੋ ਜੋ ਨੀਚੇ ਹੈ ਇਸ ਦੀ ਵੈਸੇ ਦੇਖਿਆ ਜਾਵੇ ਜੇ ਤਾਂ ਨੀਚੇ x ਹੁੰਦਾ ਦਨ ਆਪਸ ਦੀ ਬਹੁਤ ਸਿੰਪਲ ਇੰਟੀਗ੍ਰੇਸ਼ਨ ਹੋ ਜਾਂਦੀ ਆ ਆਪਾਂ ਇਸ ਦੀ ਡਾਇਰੈਕਟ ਇੰਟੀਗ੍ਰੇਸ਼ਨ ਕਰ ਸਕਦੇ ਸੀਗੇ ਅ ਬਟ ਇੱਥੇ ਹੋ ਜਾਏਗਾ ਜੀ x² 1 x² ਤਾਂ ਕਰਕੇ ਆਪਾਂ ਇਸ ਨੂੰ ਡਾਇਰੈਕਟ x² ਨੂੰ ਕੀ ਪੁੱਟ ਕਰਾਂਗੇ ਜੀ ਆਪਾਂ x² ਨੂੰ ਕੀ ਪੁੱਟ ਕੀਤਾ ਜਾਊਗਾ ਮੰਨ ਲਓ t ਪੁੱਟ ਕੀਤਾ ਜਾਊਗਾ t ਪੁੱਟ ਕਰਨ ਤੋਂ ਬਾਅਦ ਕੀ ਹੋ ਜਾਏਗਾ ਉੱਪਰ ਕੀ ਬਣ ਜਾਏਗਾ 2 ਇੱਥੇ 2x dx ਮੀਨਜ਼ ਇੱਥੇ 2 ਦੀ ਕਮੀ ਹੈ ਦਨ ਆਪਾਂ ਦੋਨੋਂ ਸਾਈਡ ਤੋਂ 2 ਨਾਲ ਕੀ ਕਰਦਾਂਗੇ ਮਲਟੀਪਲਾਈ ਫਸਟ ਚੀਜ਼ ਹੋ ਜਾਏਗੀ ਉਸ ਤੋਂ ਬਾਅਦ ਕੀ ਕੀਤਾ ਜਾਊਗਾ ਇਸ ਨੂੰ t ਪੁੱਟ ਕੀਤਾ ਜਾਊਗਾ ਐਂਡ ਉੱਪਰ ਸੇਮ ਚੀਜ਼ ਬਣ ਜਾਏਗੀ ਉਸ ਤੋਂ ਬਾਅਦ t ਪੁੱਟ ਕਰਨ ਤੋਂ ਬਾਅਦ ਕੀ ਹੋ ਜਾਏਗਾ 1.x ਵਾਲੀ ਫਾਰਮ ਬਣ ਜਾਏਗੀ 1.x ਦਾ ਇੰਟੀਗ੍ਰੇਸ਼ਨ ਕੀ ਹੁੰਦਾ ਜੇ 1.t ਦਾ log t ਦੈਨ ਇਸ ਦਾ ਡਾਇਰੈਕਟ ਇੰਟੀਗ੍ਰੇਸ਼ਨ ਕਿੰਨੀ ਹੋ ਜਾਏਗੀ ਜੀ log 1 x² ਕਿਉਂਕਿ ਆਪਾਂ ਜਦੋਂ t ਦੀ ਵੈਲਿਊ ਫਿੱਟ ਫਿਲ ਕਰਾਂਗੇ x² ਇਹ ਹੋ ਜਾਏਗੀ ਇਸੇ ਤਰ੍ਹਾਂ ਇਧਰ ਕੀ ਹੋ ਜਾਏਗਾ ਮਾਈਨਸ ਠੀਕ ਹੈ ਜੀ ਮਾਈਨਸ log 1 y² प्लस की हो जाएगा देखो दोनों साइड लॉग एन आपने जो कॉन्सटेंट लैना पेगा वो भी लॉग के लैना पेगा लॉग सी ठीक है जी ए इस साइड की हो जाएगा आके प्लस हो जाएगा की होएगा लॉग वन प्लस एक्सकेर प्लस लॉग वन प्लस वाई स्केर इज़ इक्वल टू लॉग सी ये चीज़ हो जाएगी उस तो बाद देखो लॉग की प्रॉपर्टी होंगी दोनों जे अगर लॉग प्लस दे भी के बच्चे दिनों दोनों, दोनों मल्टीप्लाई हो जाएंगे एंड दोनों साइड लॉग है दैन साइड लॉग की हो जाएगा कैंसल हो जाएगा जो आप दोनों साइड एंटी लॉग लैन ठीक है जी दैन की हो जाएगा वन प्लस एक्स केयर आंसर की आ जाएगा मीनज़ इन टू वन प्लस वाई स्केयर इज इक्वल टू सी ए हो जाएगा जी थोड़ा रिक्वायड सल्यूशन हो जाएगा किसी भी means, इस ਡਿਫਰੈਂਸ਼ੀਅਲ ਇਕੁਏਸ਼ਨ ਦਾ ਇਸ ਤਰ੍ਹਾਂ ਤੁਸੀਂ ਇਸ ਕੁਐਸਚਨ ਨੂੰ ਫਾਈਂਡ ਕਰਨਾ ਹੈ ਡਾਇਰੈਕਟ ਤੁਹਾਨੂੰ ਜਦੋਂ ਇਸ ਤਰ੍ਹਾਂ ਦਾ ਕੁਐਸਚਨ ਮਿਲੇਗਾ ਕਿਸੇ ਵੀ ਮੀਨਸ ਆਪਸ਼ਨ ਦੇ ਵਿੱਚ ਦੈਨ ਤੁਹਾਡਾ ਏ ਆਨਸਰ ਹੋਏਗਾ ਇਸ ਤਰ੍ਹਾਂ ਦਾ ਕੁਐਸਚਨ ਤੁਹਾਨੂੰ ਮਿਲ ਸਕਦਾ ਐਗਜ਼ਾਮ ਦੇ ਵਿੱਚ ਠੀਕ ਹੈ ਜੀ ਇਸੇ ਤਰ੍ਹਾਂ ਹੁਣ ਆਪਾਂ ਨੈਕਸਟ ਜੋ ਆਪਣੇ ਕੋਲੇ ਹੋਮੋਜੀਨੀਅਸ ਸੋਲੂਸ਼ਨ ਕਿਸ ਤਰ੍ਹਾਂ ਦੇਖੋ ਤੁਸੀਂ ਨੇ ਜਸਟ ਵੈਰੀਏਬਲ ਸੈਪਰੇਟ ਕਰਨੇ ਆ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਦਿੰਦਾ ਉਸ ਨੂੰ ਤੁਸੀਂ ਨੇ ਖੁਦ ਜ਼ਰੂਰ ਟਰਾਈ ਕਰਨਾ ਠੀਕ ਹੈ ਜੀ जो नैक्सट क्वेश्चन ने खुद ट्राई करना वो हो कि होएगा जी तुने की करना है? दूसरा क्वेश्चन सॉल्व किसी ने खुद ट्राई करना है जी अगर न हो दैन तुम कमेंट के जरूर दसना वैसे तो हो ही जाना बहुत सिंपल क्वेश्चन है क्योंकि अपने पहला कितने भी हो टेन वाई डी वाई अपॉन डी एक्स ठीक है जी इज इक्वल टू साइन एक्स प्लस वाई ठीक है जी उसके तो बाद की है जी प्लस साइन एक्स माइनस वाई एक्स माइनस वाई है जी ध्यान रखना है, ठीक है जी की होएगा टैन tan y dy.dx sin x plus y plus sin x y ਇਸ ਦਾ ਤੁਸੀਂ ਨੇ ਸੋਲੂਸ਼ਨ ਫਾਈਂਡ ਕਰਨਾ ਹੈ ਠੀਕ ਹੈ ਜੀ ਆਂਸਰ ਨਹੀਂ ਦੱਸਿਆ ਜਾਊਗਾ ਦੈਨ ਫਿਰ ਤਾਂ ਉਸ ਦੇ ਵਿੱਚ ਕੋਈ ਫਾਇਦਾ ਨਹੀਂ ਹੋਣਾ ਤੁਸੀਂ ਨੇ ਖੁਦ ਵੀ ਟਰਾਈ ਨਹੀਂ ਕਰਨਾ ਆਪਾਂ ਨੇ ਕੀ ਕਰਨਾ ਇਸ ਦਾ ਤੁਸੀਂ ਨੇ ਖੁਦ ਟਰਾਈ ਕਰਨਾ ਹੈ ਕਮੈਂਟ ਦੇ ਵਿੱਚ ਜਰੂਰ ਦੱਸਣਾ ਹੈ ਠੀਕ ਹੈ ਜੀ ਨੰਬਰ 2 ਹੁਣ ਆਪਾਂ ਕਰਦੇ ਆ ਜੀ ਦੂਸਰੇ ਪੁਆਇੰਟ ਦੀ ਗੱਲ ਓਕੇ ਦਾ ਜੀ ਹੋਮੋ ਜੀਨੀਅਸ ਸੋਲੂਸ਼ਨ ਇਸ ਦੇ ਵਿੱਚ ਕੀ ਸੌਰੀ ਹੋਮੋਜੀਨਸ ਇਕੁਏਸ਼ਨ ਹੈ ਠੀਕ ਹੈ ਜੀ ਹੋਮੋਜੀਨਸ ਇਕੁਏਸ਼ਨ ਜਦੋਂ ਤੁਹਾਨੂੰ ਕਿਸ ਤਰ੍ਹਾਂ ਦਾ ਕੁਐਸਚਨ ਆਵੇ ਕਿ ਤੁਸੀਂ ਨੇ ਕੀ ਕਰਨਾ ਹੈ ਉਸ ਦੇ ਵਿੱਚ ਹੋਮੋਜੀਨਸ ਸੋਲੂਸ਼ਨ ਦੇ ਲਈ ਅਪਲਾਈ ਕਰਨਾ ਹੈ ਮੀਨਸ ਆਪਾਂ ਉੱਥੇ ਵੇਰੀਏਬਲ ਸੈਪਰੇਟ ਨਹੀਂ ਕਰਨੇ ਆਪਾਂ ਨੇ ਕੀ ਕਰਨਾ ਹੋਏਗਾ ਉਹ ਆਪਣੀ ਚੀਜ਼ ਦੇਖਣੀ ਹੈ ਉਸ ਦੇ ਵਿੱਚ ਠੀਕ ਹੈ ਜੀ ਮੀਨਸ ਕੀ ਹੋਏਗਾ ਦੇਖੋ ਸਭ ਤੋਂ ਪਹਿਲਾਂ ਆਪਾਂ ਰੂਲ ਦੇਖ ਲੈਣੇ ਆ ਕਿਸੇ ਵੀ ਹੋਮੋਜੀਨਸ ਇਕੁਏਸ਼ਨ ਨੂੰ ਅਪਲਾਈ ਕਰਨ ਦੇ ਮੀਨਸ ਕੀ ਰੂਲ ਟੂ ਇੰਟੀਗ੍ਰੇਟ ਰੂਲ ਕੀ ਹੋਏਗਾ ਇੰਟੀਗ੍ਰੇਸ਼ਨ ਕਰਨ ਦਾ ਆਪਾਂ ਕੀ ਕਰਾਂਗੇ ਜਦੋਂ ਕਿਸ ਤਰ੍ਹਾਂ ਦਾ ਕੁਐਸਚਨ ਹੋਏਗਾ ਕਿ ਆਪਾਂ ਇਸ ਨੂੰ ਅਪਲਾਈ ਕਰਨਾ ਉਹ ਵੀ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ ਜੋ y ਹੋਏਗਾ ਉਸ ਇਕੁਏਸ਼ਨ ਦੇ ਵਿੱਚ y ਨੂੰ ਕੀ ਪੁੱਟ ਕਰੋਗੇ ਜੀ vx vx ਪੁੱਟ ਕਰੋਗੇ ਉਸ ਤੋਂ ਬਾਅਦ ਤੁਸੀਂ ਉਸਦੇ ਕੀ ਕਰਨੇ ਨੇ ਕਿਉਂਕਿ ਉਸ ਤੋਂ ਪਹਿਲਾਂ ਤਾਂ ਜੋ ਉਸਦੇ ਵੇਰੀਏਬਲ ਸੈਪਰੇਟ ਨਹੀਂ ਹੋਣੇ ਹੋ ਰਹੇ ਸੀ ਆਪਾਂ ਹੁਣ ਇਸ ਤੋਂ ਬਾਅਦ ਇਨ ਦਾ ਫਾਰਮ ਆਫ ਬੀ ਆ ਜਾਾਂਗੇ ਸਾਰੇ ਕਿਤੇ ਐਕਸ ਕੈਨਸਲ ਹੋ ਜਾਏਗਾ ਉਸ ਤੋਂ ਬਾਅਦ ਕੀ ਹੋਏਗਾ ਇਨ ਦਾ ਫਾਰਮ ਆਫ ਵੀ ਆਪਾਂ ਉਸਦੇ ਵੇਰੀਏਬਲ ਸੈਪਰੇਟ ਕਰਾਂਗੇ ਠੀਕ ਹੈ ਜੀ ਵੇਰੀਏਬਲ ਕਿਸ ਤਰ੍ਹਾਂ ਆਪਾਂ ਉਸਦੇ ਸੈਪਰੇਟ ਕਰਨੇ ਉਹ ਚੀਜ਼ ਦੇਖਣੀ ਹੈ ਦੇਖੋ ਕੀ ਹੋਏਗਾ ਜਿਸ ਤਰ੍ਹਾਂ ਕਿ ਇੱਕ ਸਾਈਡ ਤੇ ਡੀ ਵੀ ਰਹਿ ਜਾਏਗਾ ਦੂਸਰੀ ਸਾਈਡ ਤੇ ਡੀ ਐਕਸ ਰਹਿ ਜਾਏਗਾ ਮਾਈਨਸ ਤਾਂ ਹੋਵੇ ਚਾਹੇ ਪਲੱਸ ਤਾਂ ਹੋਵੇ ਡਿਪੈਂਡਿੰਗ ਕਰਦਾ ਉਸ ਤੋਂ ਬਾਅਦ ਇਸ ਦੀ ਇੰਟੀਗ੍ਰੇਸ਼ਨ ਕੀਤੀ ਜਾਏਗੀ ਇਸ ਦੀ ਇੰਟੀਗ੍ਰੇਸ਼ਨ ਕੀਤੀ ਜਾਏਗੀ ਦੈਨ ਉਸ ਤੋਂ ਬਾਅਦ ਕੀ ਕਰਾਂਗੇ ਆਪਾਂ ਆਪਣੇ ਕੋਲ ਜੋ ਸੋਲੂਸ਼ਨ ਆਏਗਾ ਉਹ ਆਪਣਾ ਅਨਸਰ ਹੋ ਜਾਏਗਾ ਸਿੰਪਲ ਇਹ ਚੀਜ਼ ਕਰਨੀ ਹੈ ਉਸ ਤੋਂ ਬਾਅਦ ਲਾਸਟ ਤੇ ਤੁਸੀਂ ਨੇ ਕੀ ਕਰਨਾ ਹੈ ਠੀਕ ਹੈ ਜੀ ਇਨ ਦਾ ਸੋਲੂਸ਼ਨ ਜੋ ਸੋਲੂਸ਼ਨ ਤੁਹਾਡੇ ਕੋਲ ਮਿਲ ਜਾਏਗਾ ਉਥੋਂ ਜੋ ਵੀ ਹੋਏਗਾ ਤੁਹਾਡੇ ਕੋਲੇ ਉਥੋਂ ਵੀ ਦੀ ਵੈਲਿਊ ਤੁਸੀਂ ਨੇ ਕਿੰਨੀ ਪੁੱਟ ਕਰ ਦੇਣੀ ਹੈ ਵੀ ਅਪਨ ਐਕਸ ਮੀਨ ਜੇ ਪਹਿਲਾਂ ਆਪਾਂ ਇਹ Y ਦੀ ਵੈਲਿਊ ਨੂੰ ਫਿਲ ਕੀਤਾ V ਦੀ ਫਾਰਮ ਦੇ ਵਿੱਚ ਦੈਨ ਉਸ ਤੋਂ ਬਾਅਦ ਲਾਸਟ ਤੇ ਆਪਾਂ V ਨੂੰ ਆਪਾਂ Y ਐਂਡ X ਦੀ ਫਾਰਮ ਦੇ ਵਿੱਚ ਫਿਟ ਕਰਦਾਂਗੇ ਇੱਥੋਂ ਹੀ ਕੱਢ ਕੇ ਠੀਕ ਹੈ ਜੀ ਇਸ ਤਰ੍ਹਾਂ ਇੱਕ ਆਪਣੇ ਹੋਮੋਜੀਨियस ਸੋਲੂਸ਼ਨ ਦੇ ਵਿੱਚ ਜੋ ਆਪਣਾ ਇਹ ਮੈਥਡ ਹੋਏਗਾ ਹੁਣ ਦੇਖੋ ਕੁਐਸਚਨ ਕਿਸ ਤਰ੍ਹਾਂ ਦਾ ਹੋਊਗਾ ਇਸ ਤੇ ਵਿੱਚ ਕੁਐਸਚਨ ਦੇਖੋ ਜਿਸ ਤਰ੍ਹਾਂ ਕਿ ਤੁਹਾਨੂੰ ਕੁਐਸਚਨ ਆ ਜਾਂਦਾ ਜੀ ਬਹੁਤ ਸਿੰਪਲ ਕੁਐਸਚਨ ਹੈ ਜਿਸ ਤਰ੍ਹਾਂ ਕਿ ਸੌਲਵ X²Y DX ਠੀਕ ਹੈ ਜੀ ਮਾਈਨਸ X³ Y³ ਠੀਕ ਹੈ ਜੀ dy 0 ਹੁ ਦੇਖੋ ਜਦੋਂ ਤੁਸੀਂ ਇਸ ਨੂੰ ਸੈਪਰੇਟ ਕਰੋਗੇ ਜਦੋਂ ਤੁਸੀਂ ਇਸ ਨੂੰ ਸੈਪਰੇਟ ਕਰੋਗੇ ਦੇਖੋ x ਦੀ 큐ਬ y ਦੀ 큐ਬ ਇਕੱਠਾ ਹੈ ਬਰੈਕਟ ਦੇ ਵਿੱਚ ਇਸ ਦੇ ਨਾਲ dy ਹੈ ਤਾਂ ਕਰਕੇ ਆਪਾਂ ਇੱਥੋਂ x ਨੂੰ ਅਲੱਗ ਸੈਪਰੇਟ ਨਹੀਂ ਕਰ ਸਕਦੇ ਐਡ ਇੱਥੇ ਕੀ ਹੈ dx ਦੇ ਨਾਲ ਚਲੋ dy x² ਹੈ ਐਂਡ y ਹੈ ਇਸ ਨੂੰ ਤਾਂ ਆਪਾਂ نیچے ਲੈ ਕੇ ਜਾ ਸਕਦੇ ਹਾਂ ਬਟ ਇਸ ਦੇ ਵਿੱਚੋਂ ਆਪਾਂ x ਨੂੰ ਸੈਪਰੇਟ ਨਹੀਂ ਕਰ ਸਕਦੇ ਜੇ ਇਹ ਅਲੱਗ-ਅਲੱਗ ਹੁੰਦੇ ਠੀਕ ਹੈ देन ਆਪਾਂ ਇਸ ਨੂੰ ਸੈਪਰੇਟ ਕਰ ਸਕਦੇ ਸੀ ਬਟ ਇੱਥੋਂ ਆਪਾਂ ਇਸ ਨੂੰ ਸੈਪਰੇਟ ਨਹੀਂ ਕਰ ਸਕਦੇ ਤਾਂ ਕਰਕੇ ਆਪਾਂ ਇੱਥੇ ਕੀ ਕਰਾਂਗੇ y is equal to vx ਪੁੱਟ ਕੀਤਾ ਜਾਏਗਾ ਠੀਕ ਹੈ ਜੀ y is equal to bx ਪੁੱਟ ਕੀਤਾ ਜਾਏਗਾ ਇਹ ਆਪਾਂ ਨੇ ਇੱਥੇ ਕੁਐਸਚਨ ਹੋ ਜਾਂਦਾ ਐਂਡ ਇਸ ਦਾ ਡੈਰੀਵੇਟਿਵ ਕਿੰਨਾ ਆਏਗਾ dy upon dx ਠੀਕ ਹੈ ਜੀ ਕਿੰਨਾ ਹੋਏਗਾ ਦੇਖੋ ਇੱਥੇ ਲੱਗੇਗਾ ਇਸ ਦਾ ਪ੍ਰੋਡਕਟ ਰੂਲ ਪ੍ਰੋਡਕਟ ਰੂਲ ਤੁਸੀਂ ਆਈ ਥਿੰਕ ਜਾਣਦੇ ਹੋਵੋਗੇ ਪਹਿਲਾਂ b ਨੂੰ ਇਦਾਂ ਹੀ ਰੱਖਿਆ ਜਾਏਗਾ ਠੀਕ ਹੈ ਜੀ ਪਹਿਲਾਂ v ਨੂੰ ਇੱਧੇ ਰੱਖਿਆ ਜਾਏਗਾ x ਦਾ ਡੈਰੀਵੇਟਿਵ 1 ਪਲੱਸ ਫਿਰ x ਨੂੰ ਇੱਧੇ ਹੀ ਰੱਖਿਆ ਜਾਏਗਾ ਫਿਰ dv dx ਠੀਕ ਹੈ ਜੀ ਇਹ ਹੋ ਜਾਏਗਾ ਆਪਾਂ dx dy dx ਦੀ ਵੈਲਿਊ ਇਹ ਫਿਲ ਕਰਨੀ ਹੈ ਉਸ ਤੋਂ ਬਾਅਦ ਦੇਖੋ ਹੁਣ ਆਪਾਂ ਵੈਲਿਊ ਨੂੰ ਫਿਲ ਕਰ ਦੇਣਾ ਇਸ ਇਕੁਏਸ਼ਨ ਦੇ ਵਿੱਚ ਠੀਕ ਹੈ ਜੀ ਵੈਲਿਊ ਨੂੰ ਕੀ ਕਰ ਦੇਣਾ ਜੀ ਫਿਲ ਕਰ ਦੇਣਾ ਆਪਾਂ ਨੇ ਦੇਖੋ ਕੀ ਕਰਾਂਗੇ ਆਪਾਂ ਇਹ ਸਾਰੀਆਂ ਵੈਲਿਊਜ਼ ਨੂੰ ਆਪਾਂ ਨੂੰ ਇੱਥੇ ਫਿਲ ਕਰ ਦੇਣੀਆਂ ਨੇ ਠੀਕ ਹੈ ਜੀ ਇੱਥੋਂ ਪਹਿਲਾਂ ਦੇਖੋ dy/dx ਦੀ ਵੈਲਿਊ ਆਪਾਂ ਨੂੰ 기ਵਨ ਹੈ ਦੈਨ ਆਪਾਂ ਇੱਥੋਂ ਪਹਿਲਾਂ dy/dx ਦੀ ਵੈਲਿਊ ਨੂੰ ਫਾਈਂਡ ਕਰਾਂਗੇ ਕਿੰਨੀ ਆ ਜਾਏਗੀ dy dx ਦੀ ਵੈਲਿਊ ਕਿੰਨੀ ਆ ਜਾਏਗੀ ਦੇਖੋ ਇਹ ਦੂਸਰੀ ਸਾਈਡ ਜਾਏਗਾ ਐਂਡ ਇਹ نیچے ਜਾਏਗਾ ਉਸ ਤੋਂ ਬਾਅਦ ਕੀ ਹੋ ਜਾਏਗਾ x^2 y x^3 y^3 ਇਹ ਚੀਜ਼ ਆ ਜਾਏਗੀ ਠੀਕ ਹੈ ਜੀ ਇਹ ਚੀਜ਼ ਆ ਜਾਏਗੀ ਹੁਣ ਦੇਖੋ ਇਹ ਆਪਾਂ ਨੇ ਵੈਲਿਊ ਨੂੰ ਫਿਲ ਕਰਨਾ ਕਿਸ ਤਰ੍ਹਾਂ ਦੇਖੋ ਇਸ ਦੀ ਵੈਲਿਊ ਕਿੰਨੀ ਆ ਜਾਏਗੀ a ਆ ਜਾਏਗੀ v एक्स डी वी अपॉन डी एक्स इज इक्वल टू कि आ जाएगा देखो एक्स स्केयर तो एक्सकेयर ही रहेगा इन टू इस वैल्यू कि आ जाएगी इंटू एक्स वी ठीक है जी अपॉन एंड एक्स एक्स क्यूब तो सेम ही रहेगा इतने कि आ जाएगा वी क्यूब एक्स क्यूब ठीक है जी यीजा जी देखो एक्स क्यूब एक्स क्यूब एंड ए भी क्या जी एक्स क्यूब तिने कैंसल हो जाएगी कि आ जाएगा आंसर वी अपॉन वन प्लस वी क्यूब ये चीज़ जा आ जाएगी एंड इस साइड की है जी v प्लस एक्स डी वी अपॉन डीएक्स ठीक है जी देखो v दूसरी साइड जाएगा इस तो बाद उस माइनस होकर इसका कैलसीयम लैना है ठीक है जी ये आप नैक्सट देखते हैं इसनों देखो जी अपने तो की करना एक्स डी वी अपन डीएक्स की वैल्यू कि आ जाएगी जो तो आप इस माइनस एड करके कैलसीयम लवेंगे वी माइनस वी माइनस वी दावर फोर अपॉन वन प्लस वी क्यूब ठीक है जी एंड एक्स डी वी अपन डी एक्स इज इक्वल टू कि आ जाएगा माइनस बी दावर फोर ए की हो जाएगा कैंसल 1/1+v ਦੀ ਪਾਵਰ 3 ਠੀਕ ਹੈ ਜੀ ਉਸ ਤੋਂ ਬਾਅਦ ਇਸ ਤੇ ਆਪਾਂ ਵੈਰੀਏਬਲ ਸੈਪਰੇਟ ਕਰ ਸਕਦੇ ਹਾਂ ਹੁਣ इजीली ਆਪਾਂ ਦੇਖੋ ਸੈਪਰੇਟ ਕਰ ਸਕਦੇ ਇੱਥੇ ਵੈਰੀਏਬਲ ਕਿੰਨਾ ਆ ਜਾਏਗਾ ਇੰਟੀਗ੍ਰੇਸ਼ਨ ਵੀ ਲੈ ਲੈਣੀ ਆਪਾਂ ਨੇ 1+v^3 b ਦੀ ਪਾਵਰ 4 dv -dx v ਠੀਕ ਹੈ ਇੱਥੇ ਦੇਖੋ ਆਪਾਂ ਇਸ ਨੂੰ ਕੀ ਕਰ ਦਾਂਗੇ ਜੀ ਫੈਕਟਰ ਕਰ ਦਾਂਗੇ ਇਸ ਨੂੰ ਇਸਦੇ نیچے ਲੈ ਜਾਾਂਗੇ ਇਸ ਨੂੰ ਇਸਦੇ नीचे ਲੈ ਜਾਾਂਗੇ ਕਿੰਨਾ ਆ ਜਾਏਗਾ 1/b ਦੀ ਪਾਵਰ 4 ਪਲੱਸ ਕਿੰਨਾ ਆ ਜਾਏਗਾ ਇੱਥੇ 1/v dv इज इक्वल टू इंटीग्रेशन माइनस बाहर आ जाएगा डी एक्स पॉइंट एक्स ठीक है जी हम देखो सारे दी इंटीग्रेशन कर भी सकते हो ईजली कि आ जाएगा माइन माइनस बी माइनस थ्री अपॉन माइनस थ्री ठीक है जी प्लस वन पॉइंट बी का कि आ जाएगा लॉग मोड बी इज इक्वल टू माइनस लॉग एक्स प्लस कि आ जाएगा जी सी ठीक है जी येगा अपने को डायरैक्ट आंसर आ जाएगा इस तरह जो तुम डायरैक्ट सोल्व करके कि माइनस वन अपॉन थ्री वी स्केर सॉरी क्यूब प्लस लॉग वी एक्स क्योंकि इधर आ जाएगा इज इक्वल टू सी उस तो बाद वी दी वैल्यू अपने किना फिल कर देना जी एक्स अपॉन कि रखा से अपने वीज इक्वल टू सॉरी वाई अपॉन एक्स ये आप फिल कर देने इसकी वैल्यू ठीक है डायरैक्ट इतने आप इसकी वैल्यू फिल करों के आंसर कि जाएगा माइनस एक्स क्यूब अपॉन थ्री वाई क्यूब प्लस लॉग वाई =c ਦੇਖੋ ਜੀ ਇਹ ਆਪਣਾ ਕੀ ਆ ਗਿਆ ਜੀ ਸੋਲੂਸ਼ਨ ਆ ਗਿਆ ਇਸ ਤਰ੍ਹਾਂ ਤੁਸੀਂ ਇਸ ਮੈਥਡ ਨੂੰ ਅਪਲਾਈ ਕਰਨਾ ਹੈ ਹੋਮੋਜੀਨੀਅਸ ਇਕੁਏਸ਼ਨ ਬੋਲਿਆ ਜਾਂਦਾ ਤੁਸੀਂ ਜਸਟ ਕੀ ਫਿਲ ਕਰਨਾ ਹੈ ਜੀ v y to vx ਠੀਕ ਹੈ ਜੀ ਉਸ ਤੋਂ ਬਾਅਦ ਡਾਇਰੈਕਟ ਆਪ ਇਸ ਦੇ ਵਰੀਏਬਲ ਨੂੰ ਸੈਪਰੇਟ ਕਰ ਸਕਦੇ ਹਾਂ ਠੀਕ ਹੈ ਜੀ ਇਸ ਤਰ੍ਹਾਂ ਦੇ ਇਕੁਏਸ਼ਨ ਜੋ ਤੁਹਾਨੂੰ ਮਿਲ ਸਕਦੇ ਨੇ ਹੋਮੋਜੀਨੀਅਸ ਸੋਲੂਸ਼ਨ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਕੀ ਹੁੰਦਾ ਹੈ ਜਾਂ ਕਿਸ ਤਰ੍ਹਾਂ ਦੇ ਉਸ ਦੇ ਵਿੱਚ ਮੈਥਡ ਲੱਗਦੇ ਨੇ ਮੀਨਸ ਇਸ ਤਰ੍ਹਾਂ ਦੇ ਕੁਐਸਚਨ ਹੋ ਸਕਦੇ ਨੇ ਇਸ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਏਗਾ ਜੀ ਆਪਣੀ ਜੋ ਆਪਣੀ ਗੱਲ ਕੀਤੀ ਸੀ 3rd ਪੁਆਇੰਟ ਹੈ ਜੀ ਲੀਨੀਅਰ ਇਕੁਏਸ਼ਨ ਜਿਸ ਦੇ ਵਿੱਚ ਕੀ ਹੋਏਗਾ ਤੁਹਾਨੂੰ ਇਸ ਤਰ੍ਹਾਂ ਦੀ ਇਕੁਏਸ਼ਨ ਤੁਸੀਂ ਬਣਾਨੀ ਹੋਏਗੀ ਮੀਨਸ ਤੁਹਾਨੂੰ ਕੋਈ ਵੀ ਜੇ ਤੁਹਾਨੂੰ ਇਸ ਤਰ੍ਹਾਂ ਦੀ ਡਿਫਰੈਂਸ਼ੀਅਲ ਇਕੁਏਸ਼ਨ ਮਿਲੇਗੀ ਜਿਸ ਦੇ ਵਿੱਚ ਇੱਕ Y ਹੋਵੇ dy/dx ਹੋਵੇ ਐਂਡ ਕੋਈ ਕਨਸਟੈਂਟ ਹੋਵੇ P ਇਸ ਦੇ ਨਾਲ ਲੱਗਿਆ ਹੋਇਆ n ਕੋਈ ਅਲੱਗ ਤੋਂ ਕੋਈ ਫੰਕਸ਼ਨ a p ਐਂਡ q ਕੀ ਨੇ ਜੀ ਫੰਕਸ਼ਨ ਨੇ ਠੀਕ ਹੈ ਜੀ ਜਿਸ ਤਰ੍ਹਾਂ ਕਿ tan x ਐਂਡ ਕੋਈ e x ਲੀਨੀਅਰ ਫਾਰਮ ਦੇ ਵਿੱਚ ਵੀ ਹੋ ਸਕਦਾ ਹੈ ਇਹ ਅਦਰਵਾਈਜ਼ ਇਧਰ ਵੀ ਕੋਈ ਫੰਕਸ਼ਨ ਹੋ ਸਕਦਾ ਐਕਸਪੋਨੈਂਸ਼ੀਅਲ ਫੰਕਸ਼ਨ ਵੀ ਹੋ ਸਕਦਾ ਕੋਈ ਫੰਕਸ਼ਨ 기ਵਨ ਨੇ ਤੁਹਾਨੂੰ ਐਂਡ ਇਸ ਤਰ੍ਹਾਂ ਦੀ ਇਕੁਏਸ਼ਨ ਦਾ ਜੋ ਡਾਇਰੈਕਟ ਸੋਲੂਸ਼ਨ ਕੀ ਹੋਏਗਾ ਉਹ ਤੁਹਾਨੂੰ ਯਾਦ ਕਰਨਾ ਕਿੰਨਾ ਹੋਏਗਾ y ਠੀਕ ਹੈ ਜੀ y e ਦੀ ਪਾਵਰ ਇੰਟੀਗ੍ਰੇਸ਼ਨ p dx इंटीग्रेशन ऑफ q e इंटीग्रेशन p dx मींस dx c ਇਹ ਤੁਹਾਡਾ ਸੋਲੂਸ਼ਨ ਹੋਏਗਾ ਜੋ ਇਹ ਚੀਜ਼ ਹੈ ਜੋ ਇਹ ਚੀਜ਼ ਤੁਹਾਡੇ ਕੋਲੇ 기ਵਨ ਇਹਨਾਂ ਦੇ ਨਾਲ ਮਲਟੀਪਲਾਈ ਹੈ ਇਸ ਨੂੰ ਆਪਾਂ ਕੀ ਬੋਲਦੇ ਆ ਜੀ ਇੰਟੀ ਗ੍ਰੇਟਿੰਗ ਫੈਕਟਰ ਠੀਕ ਹੈ ਜੀ ਇਹਨਾਂ ਨੂੰ ਆਪਾਂ ਕੀ ਬੋਲਦੇ ਆ ਇੰਟੀਗ੍ਰੇਟਿੰਗ ਫੈਕਟਰ ਇਹ ਵੀ ਤੁਸੀਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਇਹਨਾਂ ਦੋਨੋਂ ਨੂੰ ਬੋਲਿਆ ਜਾਂਦਾ ਇੰਟੀਗ੍ਰੇਟਿੰਗ ਫੈਕਟਰ ਠੀਕ ਹੈ ਜੀ ਐਂਡ ਇਹ ਪੂਰਾ ਪ੍ਰੋਪਰ ਕਿਹ ਜੀ ਸੋਲੂਸ਼ਨ ਇਸ ਨੂੰ 22 ਦੇ ਨਾਲ ਮਲਟੀਪਲਾਈ ਕੀਤਾ ਜਾਂਦਾ ਇਸ ਨੂੰ ਇੰਟੀਗ੍ਰੇਸ਼ਨ ਆਫ ਐਕਸ ਦੇ ਨਾਲ ਮਲਟੀਪਲਾਈ ਕਰਕੇ ਇਸ ਦਾ ਇੰਟੀਗ੍ਰੇਸ਼ਨ ਕਰਨਾ ਹੁੰਦਾ ਐਂਡ ਪਲੱਸ ਸੀ ਇਹ ਪ੍ਰੋਪਰ ਕਿਹ ਜੀ ਇਸ ਤਰ੍ਹਾਂ ਦੀ ਇਕੁਏਸ਼ਨ ਦਾ ਸੋਲੂਸ਼ਨ ਹੈ ਠੀਕ ਹੈ ਜੀ ਹੁਣ ਆਪਾਂ ਇੱਕ ਕੁਐਸਚਨ ਦੇ ਥਰੂ ਦੇਖਦੇ ਹਾਂ ਇਸ ਕੁਐਸਚਨ ਨੂੰ ਕੁਐਸਚਨ ਕੀ ਹੋਏਗਾ ਜੀ ਆਪਣਾ ਇਸ ਐਗਜ਼ਾਮਪਲ ਦਾ ਦੇਖੋ ਕੁਐਸਚਨ ਤੁਹਾਨੂੰ ਮੰਨ ਲਓ 기ਵਨ ਹੈ ਜੀ ਐਕਸ ਸਕੁਅਰ ਪਲੱਸ 1 ਠੀਕ ਹੈ ਜੀ ਡੀ ਵਾਈ ਅਪ ਓਨ ਡੀ ਐਕਸ Plus +2xy 4x2 देखो इथे ਤੁਹਾਡੇ ਕੋਲੇ ਤੁਸੀਂ ਨੇ ਕੀ ਸੌਰੀ ਤੁਸੀਂ ਨੇ ਕੀ ਕਰਨਾ ਇਥੇ dy/dx ਹੈ ਠੀਕ ਹੈ +y 기ਵਨ ਹੈ ਕੋਈ ਫੰਕਸ਼ਨ ਹੈ then ਜੋ ਤੁਹਾਨੂੰ ਇਸ ਤਰ੍ਹਾਂ ਦੀ ਇਕੁਏਸ਼ਨ ਮਿਲਦੀ ਹੈ then ਤੁਸੀਂ ਬਿਲਕੁਲ ਇਸ ਨੂੰ ਸੋਚ ਸਕਦੇ ਹੋ ਕਿ ਇਸ ਤਰ੍ਹਾਂ ਦੀ ਹੀ ਇਕੁਏਸ਼ਨ ਹੈ ਤੁਸੀਂ ਨੇ ਜਸਟ ਕੀ ਕਰਨਾ ਹੈ dy/dx ਦੇ ਜੋ ਕੋਫੀਸ਼ੀਐਂਟ ਹੋਏਗਾ o ਨੂੰ نیچے ਲੈ ਜਾਓ ਜੋ ਜਾਂ ਇਸ ਪੂਰੀ ਇਕੁਏਸ਼ਨ ਨੂੰ एक्स स्केयर प्लस वन डिवाइड कर दो मीनस की होएगा इतने वन लैके आना है दैन की होएगा कि हो जाएगा डी वाई अपॉन डी एक्स प्लस टू एक्स अपॉन एक्स स्केयर प्लस वन ठीक है जी इन टू वाई इज इक्वल टू फोर एक्स स्केर अपॉन एक्स स्केयर प्लस वन ये हो जाएगा ठीक है जी ये चीज़ हो जाएगी तो इस देख सकते हो तो इसमें ध्यान दे बहुत सिंपल क्वेश्चन बन जाएगा तुने इतों की करना है तुम देखो ये हो जाएगा हम पूरा प्रोपर ए पी हो जाएगा पी इज इक्ल टू कि आ जाएगा टू एक्स अपॉन एक्स स्केयर प्लस वन ठीक है जी उस तो क्यू कि हो जाएगा फोर एक्स स्केयर अपॉन एक्स स्केयर प्लस वन बैस इतकने कर लिया दैन तुम नैक्सट भी कर सकते हो सब तो पहला इंटीग्रेटिंग फैक्टर कटोगे वो की होएगा जी ई पावर integration of pdx ਤੁਸੀਂ ਨੇ ਇਸ ਨੂੰ ਫਾਈਂਡ ਕਰਨਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਇੰਟੀਗ੍ਰੇਸ਼ਨ ਕਰੋ pdx ਦੀ ਇੰਟੀਗ੍ਰੇਸ਼ਨ ਆਫ pdx ਮਤਲਬ ਕੀ ਹੋਏਗਾ ਇੰਟੀਗ੍ਰੇਸ਼ਨ ਆਫ 2x x2 1 dx ਇਸ ਦੀ ਇੰਟੀਗ੍ਰੇਸ਼ਨ ਆਪਾਂ ਨੇ ਦੇਖੋ ਪ੍ਰੀਵੀਅਸ ਕੁਐਸਚਨ ਦੇ ਵਿੱਚ ਕਰ ਹੀ ਚੁੱਕੇ ਹਾਂ ਕਿੰਨੀ ਹੋਏਗੀ ਜੀ log x2 1 ਠੀਕ ਹੈ ਜੀ ਐਂਡ ਜੇ ਆਪਾਂ ਫਾਈਂਡ ਕਰੀਏ ਇੱਥੋਂ e ਦੀ ਪਾਵਰ integration of pdx ਕਿੰਨਾ ਆ ਜਾਏਗਾ ਡਾਇਰੈਕਟ ਦੇਖੋ log ਦੇ ਨਾਲ log ਕੈਨਸਲ ਹੋ ਜਾਏਗਾ ਕਿੰਨਾ ਜਾਏਗਾ x2 1 ਹੀ ਆ ਜਾਏਗਾ ਡਾਇਰੈਕਟ ਠੀਕ ਹੈ ਜੀ ਹੁਣ ਤੁਸੀਂ ਇਸ ਦਾ ਸੋਲੂਸ਼ਨ ਨੂੰ ਫਾਈਂਡ ਕਰਨ ਦੀ ਕੋਸ਼ਿਸ਼ ਕਰੋ ਇਸ ਦਾ ਸੋਲੂਸ਼ਨ ਕਿੰਨਾ ਹੋਏਗਾ y ਇੰਟੀਗ੍ਰੇਟਿੰਗ ਫੈਕਟਰ ਕਿੰਨਾ ਆਪਾਂ ਨੇ ਫਾਈਂਡ ਕੀਤਾ ਉਹ x2 1 ਕੀ ਸੀਗਾ ਇੰਟੀਗ੍ਰੇਸ਼ਨ ਆਫ q q ਕਿੰਨਾ ਜੀ 4x2 अपॉन एक्स स्केयर प्लस वन ये क्यू है इंटीग्रेटिंग फैक्टर न मल्टप्लाई करते हो कि होएगा एक्स स्केयर प्लस वन ठीक है जी इनटू डी एक्स प्लस सी एगा देखो इस इसका कैंसल ही हो चुके हैं इसका डायरैक्ट आंसर कि जाएगा जिस तरह तुम देख सौ कि आ जाएगा वाई एक्स स्केयर प्लस वन इज इक्वल टू देखो फोर तो कॉन्सटेंट की इसकी इंटीग्रेस एक्स क्यूब अपॉन थ्री प्लस सी ए हो जाएगा डायरैक्ट ਸੋਲੂਸ਼ਨ ਹੋ ਜਾਏਗਾ ਇਸ ਤਰ੍ਹਾਂ ਦੀ ਇਕੁਏਸ਼ਨ ਦਾ ਥੈਨ ਆਈ ਹੋਪ ਤੁਹਾਨੂੰ ਜੋ ਕੁਐਸਚਨ ਸਮਝ ਲੱਗੇ ਹੋਣਗੇ ਕਿ ਕਿਸ ਤਰ੍ਹਾਂ ਆਪਣੇ ਇਸ ਦਾ ਇੰਟੀਗ੍ਰੇਟਿੰਗ ਫੈਕਟਰ ਫਾਈਂਡ ਕਰਨਾ ਹੈ ਐਂਡ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੋ ਇਹ ਹੋਮੋਜੀਨੀਅਸ ਤੋਂ ਬਾਅਦ ਲੀਨੀਅਰ ਇਕੁਏਸ਼ਨ ਆਪਾਂ ਨੇ ਕੀਤੀ ਹੈ dy/dx py q ਵਾਲੀ ਇਹ ਬਹੁਤ ਇੰਪੋਰਟੈਂਟ ਹੈ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਹੋਰ ਵੀ ਬਹੁਤ ਜ਼ਿਆਦਾ ਮਿਲ ਜਾਣਗੇ ਸਾਰੇ ਕੁਐਸਚਨ ਆਪਾਂ ਨੇ ਕਵਰ ਕਰਨੇ ਨੇ ਥੈਨ ਆਈ ਹੋਪ ਤੁਹਾਨੂੰ ਵਧੀਆ ਲੱਗੇ ਹੋਣਗੇ ਵੀਡੀਓਸ ਤੇ ਕੁਐਸਚਨ ਸਮਝ ਲੱਗੇ ਹੋਣਗੇ ਤਾਂ ਬਾਕੀ ਨਾਲ ਜ਼ਰੂਰ ਸ਼ੇਅਰ ਕਰਨਾ ਤੇ ਮਿਲਦੇ ਆਪਾਂ ਆਪਣੀ ਨੈਕਸਟ ਵੀਡੀਓ ਦੇ ਨਾਲ